ਨਿਰਮਲ ਨਿਮਾ ਲੰਗਾ ਦਾ ਨੋਵਲ ਹਿੰਦ-ਪਾਕ ਬਾਰਡਰਨਾਮਾ ਹੁਣ ਮੈਂ ਆ ਕੇ ਬੰਬਈ ਬਣ ਕੇ ਕਲੀਨਰ ਕਰਨ ਲੱਗਾ ਕ੍ਰਾਸ ਸਟੇਟਾਂ ਦੇ ਬਾਰਡਰ ਇਹ ਹਿੰਦ-ਪਾਕ ਬਾਰਡਰ ਪਾਰ ਕਰਨ ਨਾਲੋਂ ਸੌਖਾ ਨਹੀਂ ਹੈਗਾ ਵੱਡੇ ਸੰਘਰਸ਼ ਤੇ ਮਾਨਸਿਕ ਤਣਾਅ ਚੋਂ ਗੁਜ਼ਰਨਾ ਪੈਂਦਾ ਇੱਥੇ ਵੀ ਮੇਰੇ ਨਾਲ ਵਪਾਰੀਆਂ ਅਨੇਕਾਂ ਡਰਾਉਣੀਆਂ ਤੇ ਵਿਚਿਤਰਕ ਇੱਥੇ ਵੀ ਮੇਰੇ ਨਾਲ ਵਪਾਰੀਆਂ ਨੇ ਕੰਡਰਾਉਣੀਆਂ ਤੇ ਵਿਚਿਤਰਕਟਨਾਵਾਂ ਬਰਸਾਤ ਦਾ ਮੌਸਮ ਸੀ ਮੈਂ ਤੇ ਮੇਰਾ ਡਰਾਈਵਰ ਬਿਕਰ ਸਿੰਘ ਗੱਡੀ ਨੰਬਰ ਐਮ ਸੀ ਯੂ 724272 ਬੰਬਈ ਤੋਂ ਸੀਏਟ ਕੰਪਨੀ ਦੇ ਟਾਇਰ ਲੋਡ ਕੀਤੇ ਮ드ਰਾਸ ਦੀ ਅਸ਼ੋਕ ਲੀਲੈਂਡ ਕੰਪਨੀ ਲਈ ਕਈ ਮਹੀਨਿਆਂ ਤੋਂ ਅਸੀਂ ਸੀਏਟ ਦੇ ਟਾਇਰ ਲੋਡ ਕਰਦੇ ਆ ਰਹੇ ਸੀ ਭਾਰਤ ਦੀ ਹਰ ਸਟੇਟ ਚ ਜਾਂਦੇ ਜੁਲਾਈ ਅਗਸਤ ਦੇ ਮਹੀਨੇ ਦੱਖਣ ਦਾ ਮੌਸਮ ਸਿੱਲਾ ਤੇ ਨਮਕੀਨ ਹੁੰਦਾ ਇੱਕ ਵਾਰ ਸ਼ੁਰੂ ਹੋਈ ਬਾਰਿਸ਼ 2.5 ਤੇ 3 ਮਹੀਨੇ ਲਗਾਤਾਰ ਪੈਂਦੀ ਪੰਜਾਬ ਵਾਂਗ ਚਰਾਟੇ ਨਹੀਂ ਪੈਂਦੇ 2-4 ਦਿਨ ਦੀ ਛੜੀ ਨਹੀਂ ਲੱਗਦੀ ਮਹੀਨਿਆਂ ਵੱਧੀ ਅੰਨੇਵਾਂ ਵਰਖਾ ਹੁੰਦੀ ਹੈ ਸਭ ਕੰਮ ਕਾਜ ਬਰਸਾਤ ਚ ਹੁੰਦੇ ਹਰ ਕੋਈ ਘਰੋਂ ਛਤਰੀ ਲੈ ਕੇ ਤੁਰਦਾ ਗੱਡੀਆਂ ਲੋਡ ਤੇ ਖਾਲੀ ਹੁੰਦੀਆਂ ਤਰਪਾਲਾਂ ਪਾ ਕੇ ਸਭ ਕੰਮ ਚੱਲਦੇ ਪੁਨੇ ਬੈਂਗਲੌਰ ਨੂੰ ਜਾਂਦਿਆਂ ਰਸਤੇ 'ਚ ਖੰਡਾਲਾ ਘਾਟ ਆਉਂਦਾ ਪਨਵੇਲ ਦੇ ਸਿਰ ਤੇ ਹੈਟ ਵਾਂਗ ਸਜਿਆ ਹੋਇਆ ਭਾਰਤ ਦੀ ਸਭ ਤੋਂ ਉੱਚਾ ਤੇ ਡਰਾਉਣਾ ਘਾਟ ਸਿੱਧੀ 75 ਡਿਗਰੀ ਦੀ ਕੜਾਕੇਦਾਰ ਚੜ੍ਹਾਈ ਵੱਡੀ ਤੋਂ ਵੱਡੀ ਤੇ ਮਜਬੂਤ ਕੰਪਨੀ ਦੀਆਂ ਗੱਡੀਆਂ ਨੂੰ ਵੀ ਮੁੜਕਾ ਆ ਜਾਂਦਾ ਜਾਮ ਵੇਲੇ ਬੜੀ ਵਿਪਤਾ ਬਣਦੀ ਗੱਡੀ ਤੋਂ ਗੱਡੀ ਦੀ ਵਿੱਥ ਮੱਸੀ 4-5 ਫੁੱਟ 4-4 ਕਿਲੋਮੀਟਰ ਲੰਮੀਆਂ ਬਲੇਵੇਂ ਦਰ ਲਾਈਨਾਂ ਲੱਗਦੀਆਂ ਸੜਕ ਸਲਾਬੀ ਹੋਈ ਚਿੱਕੜ ਤੇ ਗਾਰਾ ਮੋੜਲੀ ਗੱਡੀ ਤੁਰਦੀ ਪਿਛਲੀਆਂ ਮਜਬੂਰੀ ਵਾਸ ਚੱਲਦੀਆਂ ਬਾਬੇ ਵਾਲਾ ਗੇਅਰ ਵੱਡਾ ਗੇਅਰ ਲੱਗਾ ਰਹਿੰਦਾ ਸੈਂਕੜੇ ਗੱਡੀਆਂ ਇੱਕੋ ਵਾਰ ਚੱਲਦੀਆਂ ਫੁੱਲ ਸਪੀਡ ਤੇ 5-7 ਫੁੱਟ ਜਾ ਕੇ ਰੁਕਦੀਆਂ ਫੇਰ ਚੱਲਦੀਆਂ ਫੇਰ ਰੁਕਦੀਆਂ ਇਹ ਸਿਲਸਿਲਾ ਸੈਂਕੜੇ ਵਾਰ ਚੱਲਦਾ ਦੋ-ਦੋ ਦਿਨ ਦੀ ਰਾਤਾਂ ਜਾਮ ਲੱਗਦੇ ਕਲਿੰਡਰਾਂ ਦੇ ਸਿਰ ਦੁੱਖਾਂ ਮੁਸੀਬਤਾਂ ਤੇ ਪਹਾੜ ਟੁੱਟ ਪੈਂਦੇ ਫੁਰਤੀ ਨਾਲ ਗੁਟਕਾ ਕੱਢਦੇ ਦੌੜ ਕੇ ਪਿਛਲੇ ਟਹਿਰਾਂ 'ਚ ਰੱਖ ਪਿੱਛੇ ਰੱਖਦੇ ਗੱਡੀ ਚੱਲਦੀ ਫੇਰ ਕੱਢਦੇ ਰੱਖਦੇ ਬਾਰ-ਬਾਰ ਗੱਡੀ ਤੇ ਚੜਨਾ ਉਤਰਨਾ ਸੈਂਕੜੇ ਵਾਰ ਭੱਜ ਦੌੜ ਉਪਰੋਂ ਕਹਿਰਾਂ ਦੀ ਬਾਰਿਸ਼ ਸਰੀਰ ਫੋੜੇ ਵਾਂਗ ਦੁਖਣ ਲੱਗਦੇ ਪੁਨੇ ਤੱਕ ਕਲਿੰਡਰਾਂ ਦਾ ਸੀਂਡ ਵਗ ਜਾਂਦਾ ਮਾਂ ਯਾਦ ਆ ਜਾਂਦੀ ਪੰਡਾਂ ਦੀਆਂ ਪੰਡਾਂ 'ਚ ਫੇਰੇ ਧੂਆਂ ਫੈਲ ਜਾਂਦਾ ਵੇਖਣਾ ਤੇ ਸਾਹ ਲੈਣਾ ਮੁਹਾਲ ਰਤਾ ਕੋ ਗੱਡੀ ਖਿਸਕੇ ਡਰਾਈਵਰ ਗਾਲਾਂ ਦੀ ਸੂਟ ਧਰ ਲੈਂਦੇ ਢਿੱਡੋਂ ਭੁਖੇ ਪੈਰੋਂ ਵਾਣੇ ਸਿਲੰਡਰ ਬੜਬੜ ਕਰਦੇ ਬਾਰ-ਬਾਰ ਪਰੋਲੇ ਵਰਗੇ ਪਰਨੇ ਨਾਲ ਮੁੜਕਾ ਪਹੁੰਚਦੇ ਮਿੱਟੀ ਤੇ ਗਰੀਸ ਨਾਲ ਲਿਬੜੇ ਕੱਪੜੇ ਤੇਲ ਨਾਲ ਕਾਲੇ ਹੋਏ ਹੱਥ ਪੈਰ ਮੇਰੇ ਭੂਤ ਦਿਸਦੇ ਚਿਹਰਿਆਂ ਤੇ ਨਿਰਾਸ਼ਤਾ ਕੋਲੋਂ ਸੜੀ ਭੈੜੀ ਬਦਬੂ ਆਉਂਦੀ ਜਿਵੇਂ ਪਾਟੇ ਪੁਰਾਣੇ ਪਸ਼ੂਆਂ ਦੇ ਝੁੱਲ ਹੋਣ ਸ਼ੋਰ ਸ਼ਰਾਬਾ ਹੁੰਦਾ ਰੋਲਾ ਰੱਪਾ ਤੇ ਬੋਲਬੁਲਾਰਾ ਲਲਕਾਰੇ ਵੱਜਦੇ ਨਿਹਰੀ ਮੌਤ ਨਾਲ ਅੱਡੋ ਵਾਈ ਅਜਬ ਨਜ਼ਾਰਾ ਹੁੰਦਾ ਰਾਤ ਸਮੇਂ ਘਾਟ ਦੇ ਸਿਖਰ ਤੋਂ ਚੱਲਦੀ ਗੱਡੀ 'ਚੋਂ ਹੇਠਾਂ ਵੇਖਿਆ ਬੜਾ ਮਨਮੋਹਕ ਦ੍ਰਿਸ਼ ਨਜ਼ਰੀ ਪੈਂਦਾ। ਕੋਹਾਂ ਕਾਫਾਂ ਤੱਕ ਜਗਦਿਆਂ ਰੌਸ਼ਨੀਆਂ ਦਾ ਹੜ ਜਿਵੇਂ ਤਾਰਿਆਂ ਦੀਆਂ ਲੜੀਆਂ ਹੋਣ। ਜਗਦੇ-ਬੁਝਦੇ ਜੁਗਨੂਆਂ ਦੇ ਜੰੰਦ ਦਿਲ ਕਰਦਾ ਵੇਖੀ ਜਾਈਏ ਪਰ ਮਜਬੂਰੀ ਕੋਈ ਐਸੀ ਥਾਂ ਰੁਕੇ ਵੀ ਕਿੰਨਾ ਕਚਰਾ। ਦੂਜਿਆਂ ਨਾਲ ਤੁਰਨਾ ਹੀ ਪੈਂਦਾ ਦਿਨੇ। ਹੇਠਾਂ ਵੇਖਿਆ ਡੂੰਘੀਆਂ ਖੱਡਾਂ 'ਚ ਮੌਤ ਦਿਸਦੀ। ਦਲੇਰ ਬੰਦੇ ਵੀ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ। ਸ਼ਾਮ ਵੇਲੇ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਤੋਂ ਨਿਕਲੇ ਬੜੇ ਜ਼ੋਰ ਦਾ ਮੀਂਹ ਆਇਆ। ਬਿਮਾਰ ਡਰਾਈਵਰ ਨੂੰ ਪਿੱਛੇ ਇੱਕ ਹੋਟਲ ਤੇ ਛੱਡ ਆਏ ਦੋਵੇਂ ਸੀ। ਘੰਟਾ ਕੋ ਗੱਡੀ ਚਲਾ ਕੇ ਮੈਂ ਹੰਬ ਗਿਆ। ਵਾਈਪਰ ਤੇ ਹੈੱਡਲਾਈਟਾਂ ਵੀ ਕੁਛ ਨਾ ਕਰਨ ਕਾਲਾ ਛਾਹ ਨੇਰਾ। ਬਾਰਿਸ਼ ਦੀ ਵਾਛੜ। ਨਾ ਕੁਝ ਲੱਭੇ ਨਾ ਦਿਸੇ। ਨਿਹਰਾ ਐਕਸੀਡੈਂਟ ਦਾ ਘਰ ਗੱਡੀ ਸਪੀਡ ਤੇ ਲਾਉਣੀ ਪਈ। ਬਿੱਕਰ ਨੇ ਕੰਟਰੀ ਮਾਰਕਾ ਬੋਤਲ ਕੱਢ ਲਈ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਪੀਣ ਲੱਗੇ ਮੀਂਹ ਦੀਆਂ ਛਿੱਟਾਂ। ਅਗਲੇ ਕੱਚ ਤੇ ਠੱਕ ਠੱਕ ਵੱਜਦੀਆਂ ਪਾਰੇ ਵਾਂਗ ਬਿਖਰ ਜਾਂਦੀਆਂ بارش ਰਤਾ ਕੋ ਹੁਮ ਕੀ ਮੈਂ ਗੱਡੀ ਤੋੜ ਲਈ ਥੋੜੀ ਦੂਰ ਗਏ ਅਗੋਂ ਟਾਰਚ ਦੀ ਟੁੱਟਵੀਂ ਲੋ ਪੈਣ ਲੱਗੀ ਇਹ ਨਿਸ਼ਾਨੀ ਹੁੰਦੀ ਏ ਵੰਸ ਵੇਸ ਹਵਾਵਾਂ ਦੀ ਭਾਰਤ ਵਿੱਚ ਵੇਖਿਆ ਮੈਂ ਸਭ ਤੋਂ ਵਧੀਰੇ ਰੰਡੀਆਂ ਕਰਨਾਟਕਾ ਤੇ ਆਂਧਰਾ ਪ੍ਰਦੇਸ਼ 'ਚ ਬੇਕਰ ਨੇ ਹੱਸਦੇਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਮੈਂ ਰੋਕ ਲਈ ਬੇਕਰ ਨੇ ਬਾਰੀ ਖੋਲੀ ਏਠਾਂ ਪੈਰਾਂ ਦਾ ਖੜਾਕ ਹੋਇਆ ਮੀਂਹ ਨਾਲ ਗੜੋਚ ਹੋਈਆਂ ਦੋ ਮੁਟਿਆਰਾਂ ਗੱਡੀ ਅੰਦਰ ਆਈਆਂ ਜੀਆਂ ਤੇ ਸਾਹ ਹੁਸਾਈ ਧੜਕਦੇ ਸੀਨੇ ਲੱਥਾ ਮੇਕਅਪ ਡੱਬ ਖੜਬੇ ਚਿਹਰੇ ਉਦਾਸ ਤੇ ਪੀਲੇ ਮੁਰਝਾਏ ਜੇ ਬਨੋਟੀ ਜਿਹਾ ਹੱਸਣ ਦੀ ਕੋਸ਼ਿਸ਼ ਕਰਦੀਆਂ ਖੋਖਲਾ ਤੇਰਾ ਸੀਨ ਹਸਾਈ ਕੱਦਖੜ ਜੀ ਦੂਜੀ 18-20 ਸਾਲਾਂ ਦੀ ਬੜੀ ਮਾਸੂਮ ਤੇ ਸੁੰਦਰ ਹਰੀ ਰੌਸ਼ਨੀ ਚ ਆਕਰਸ਼ਕ ਤੇ ਨਿਖਰੀ ਨਿਖਰੀ ਲੱਗਦੀ ਬਿੱਕਰ ਉਹਨਾਂ ਨਾਲ ਕਲੋਲ ਕਰਨ ਲੱਗਾ ਮੈਂ ਟਾਇਰ ਚੈੱਕ ਕਰਨ ਦੇ ਬਹਾਨੇ ਹੇਠਾਂ ਉਤਰ ਗਿਆ ਖਲਾਸ ਹੋ ਕੇ ਬਿੱਕਰ ਮੈਨੂੰ ਆਜਾ ਮਾਰਨ ਲੱਗਾ ਮੈਂ ਨਹੀਂ ਮੰਨਿਆ ਬਿੱਕਰ ਨੇ ਉਹਨੂੰ 20 ਰੁਪਏ ਦਿੱਤੇ ਉਹ ਬੋਲੀ ਨਹੀਂ ਪੈਸੇ ਲੈਣ ਲੱਗਿਆਂ ਉਹਦੇ ਚਿਹਰੇ ਤੇ ਅਜੀਬ ਭਾਵ ਉਭਰੇ ਉਤਰ ਕੇ ਹੋਰ ਗਾਹਕਾਂ ਦੀ ਤਲਾਸ਼ ਲਈ ਚਲੀਆਂ ਗਈਆਂ ਮਜਬੂਰ ਤੇ ਲਾਚਾਰ ਜਈਆਂ ਜਿਵੇਂ ਉਹਨਾਂ ਦੀ ਰੂਹ ਨਾ ਮੰਦੀ ਹੋਵੇ ਪੈਰ ਧੂਕੇ ਮਸੀ ਤੁਰਦੀਆਂ ਅਸੀਂ ਆਪਣਾ ਰਾਹ ਫੜਿਆ ਵੀ 25 ਕਿਲੋਮੀਟਰ ਜਾ ਕੇ ਬਾਰਿਸ਼ ਨੇ ਮਜਬੂਰ ਕਰ ਦਿੱਤਾ ਅਸੀਂ ਇੱਕ ਹੋਟਲ ਤੇ ਰੁੱਕ ਗਏ ਰੋਟੀ ਖਾਧੀ ਬਕਰ ਹੋਟਲ ਚ ਤੇ ਮੈਂ ਗੱਡੀ 'ਚ ਪੈ ਗਿਆ ਮੈਂ ਹਮੇਸ਼ਾ ਕੈਬਿਨ 'ਚ ਸੌਂਦਾ ਕਾਰਨ ਪੜ੍ਹਨ ਲਿਖਣ ਦਾ ਪਸ ਅੰਦਰਲਾ ਬੱਲਬ ਜਗਾ ਕੇ ਸਾਰੀ ਸਾਰੀ ਰਾਤ ਪੜਦਾ ਕਦੇ ਲਿਖਦਾ ਕ੍ਰਿਪਤੀ 35 ਸਾਲਾਂ ਤੋਂ ਰੋਜ਼ਾਨਾ ਡਾਇਰੀ ਲਿਖਦਾ ਆ ਰਿਹਾ। ਬਹੁਤ ਵਾਰੀ ਗੱਡੀ ਸਵੇਰੇ ਸਟਾਰਟ ਨਾ ਹੁੰਦੀ। ਬੈਟਰੀ ਡਾਊਨ ਹੋ ਜਾਂਦੇ। ਡਰਾਈਵਰ ਔਖੇ ਭਾਰੇ ਹੁੰਦੇ। ਗਲ ਪੈਣ ਤੱਕ ਜਾਂਦੇ। ਗੁੱਝੀਆਂ ਗਾਲਾਂ ਵੀ ਕੱਢਦੇ। ਮੈਂ ਛੇਤੀ ਸੌਂ ਕੇ 1 ਵਜੇ ਜਾਗਿਆ। ਤੇਜ਼ ਬਾਰਿਸ਼ ਹੋਈ ਜਾਵੇ। ਮੈਂ ਬਲਵੰਤ ਗਰਗੀ ਦੀ ਨੰਗੀ ਧੁੱਪ ਨੈਕਡ ਟ੍ਰਾਇੰਗਲ ਪੜਨ ਲੱਗਾ। ਇਸੇ ਸਮੇਂ ਬਾਹਰੋਂ ਕਿਸੇ ਦੇ ਸਿਸਕਣ ਦੀ ਮੱਧਮ ਜਿਹੀ ਆਵਾਜ਼ ਆਈ। ਜਿਵੇਂ ਕੋਈ ਰੋਂਦਾ ਹਟਕੋਰੇ ਭਰ ਰਿਹਾ ਹੋਵੇ। ਫਿਰ ਆਵਾਜ਼ ਉੱਚੀ ਹੋ ਗਈ। ਬਾਰੀ ਖੋਲ ਕੇ ਵੇਖਿਆ ਪਿਛਲੇ ਟਾਇਰ ਕੋਲੀ ਕਾਰ ਦਾ ਝੋਲਾ ਪਿਆ ਟਾਰਚ ਮਾਰੀ بارش ਦੀ ਧੁੰਦ ਕਰਕੇ ਸਪਸ਼ਟ ਨਾ ਦਿਸਿਆ ਛਤਰੀ ਲੈ ਕੇ ਹੀਠਾਂ ਉਤਰਿਆ ਇੱਕਔਰਤ ਫੁੱਟ ਫੁੱਟ ਕੇ ਰੋਈ ਜਾਵੇ ਲੋ ਸੁੱਟੀ ਮਤ ਰਬ ਕੇ ਆ ਪਛਾਣ ਲਿਆ ਇਹ ਸ਼ਾਮਾਂ ਵਾਲੀ ਕੁੜੀ ਨਿਕਲੀ ਭਿੱਜਦੀ ਤੇ ਕੰਬਦੀ ਡਰੀ ਤੇ ਸਹਮੀ ਬਿਲਕ ਬਿਲਕ ਰੋਂਦੀ ਫੇਰਾ ਮਨ ਪਸੇਜ ਗਿਆ ਇਸ਼ਾਰੇ ਨਾਲ ਗੱਡੀ ਅੰਦਰ ਲੈ ਗਿਆ ਪਹਿਲਾਂ ਝਿਜਕੀ ਮੈਂ ਦੂਜੇ ਡਰਾਈਵਰਾਂ ਦਾ ਡਰ ਪਾਇਆ ਉਤਰ ਪਏ ਮੈਂ ਹੌਸਲਾ ਦਿੱਤਾ ਰੋਣ ਦਾ ਕਾਰਨ ਪੁੱਛਿਆ ਚੁੱਪ ਤਿਰਛੀ ਨਜ਼ਰ ਮੇਰੇ ਤੇ ਸੁੱਟੀ ਕੁਝ ਬੋਲਣ ਲੱਗੀ ਬੋਲ ਨਾ ਸਕੇ ਜਿਵੇਂ ਸ਼ਬਦਾਂ ਨੂੰ ਮੂੰਹ 'ਚ ਚਿੱਥ ਚੱਭ ਰਹੀ ਹੋਵੇ ਮੈਂ ਨਹੀਂ ਸਮਝਿਆ ਫਿਰ ਉਹਨੇ ਇਸ਼ਾਰੇ ਨਾਲ ਦੱਸਿਆ ਉਹ ਮੇਰੇ ਰੱਬਾ ਤਾਂ ਗੁੰਗੀ ਸੀ ਸੁਣਦਾ ਉਂਝ ਪੂਰਾ ਫਿਰ ਖਾਲੀ ਪਰਸ ਉਲਟਾ ਕੇ ਇਸ਼ਾਰੇ ਨਾਲ ਸਮਝਾਇਆ ਤਿੰਨ ਪੱਗਾਂ ਵਾਲੇ ਪੰਜਾਬੀ ਡਰਾਈਵਰਾਂ ਉਹਨੂੰ ਲੁੱਟਿਆ ਰੇਪ ਕੀਤਾ ਕਿਤੇ ਸਾਡੇ ਪਿੱਛੋਂ ਆਏ ਕੱਲੀ ਨੂੰ ਗੱਡੀ ਤੇ ਬਿਠਾ ਕੇ ਲੈ ਗਏ ਹਵਸ ਪੂਰੀ ਕੀਤੀ ਕੋਲੋਂ ਦੇਣੇ ਛੱਡੇ ਪਹਿਲੇ ਪੈਸੇ ਵੀ ਖੋਕੇ ਲੈ ਗਏ ਉਹ ਫਿਰ ਰੋਣ ਲੱਗ ਪਈ ਉਹ ਬੇਸਾ ਲਵੇ ਜਿਵੇਂ ਉਹਦਾ ਵੱਡਾ ਨੁਕਸਾਨ ਹੋ ਗਿਆ ਹੋਵੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੋਵੇ ਮੇਰੀ ਰੂਹ ਬੁਲੁੰਦਰੀ ਗਈ ਸ਼ਰਮਿੰਦਗੀ ਵੀ ਹੋਈ ਪੰਜਾਬੀ ਡਰਾਈਵਰਾਂ ਤੇ ਬੜਾ ਗੁੱਸਾ ਆਇਆ ਉਹ ਸਿਰ ਛੁੱਟੀ ਬੋਨਟ ਵੱਲ ਵੇਖੀ ਜਾਵੇ ਡਬ ਦਬਾਏ ਕਾਲੇ ਨੈਣ ਵਿੱਚ ਚਮਕ ਨਾ ਉਤਸ਼ਾਖ ਖਲਮ ਖਾਲੀ ਝਾਕਦੇ ਬੋਰੀਆਂ ਵਾਂਗ ਮੈਂ ਜ਼ਰਾ ਗਵਨਲ ਵੇਖਿਆ ਗੱਲਾਂ ਤੇ ਸਜਰੇ ਚਟਾਕ ਪਏ ਬੁੱਲਾਂ ਤੇ ਖੂਨ ਦੇ ਤੱਬੇ ਪੈਂਟ ਪਾਟੇ ਜੈਂਪਰ ਚੋਂ ਝਾਕਦੀਆਂ ਛਾਤੀਆਂ ਜਿਵੇਂ ਉਸ ਨਾਲ ਕੁਲਦੇ ਰਹੀ ਹੁਣ ਜ਼ਬਰਦਸਤੀ ਕੀਤੀ ਹੋਵੇ ਸੇਤ ਤੋਂ ਧੰਦੇ ਚ ਨਵੀਂ ਆਈ ਲੱਗੀ ਸੁਨੱਖੀ ਤੇ ਅਲੜ ਲੰਮੀ ਸੰਗੜੇ ਵਾਲ ਖੜੀ ਦਾ ਸਿਰ ਕੈਬਨ ਨਾਲ ਲੱਗਦਾ ਖਾਣ ਲਈ ਪੁੱਛਿਆ ਉਸ ਨਾਲ ਸਿਰ ਮਾਰਿਆ ਮੈਂ ਮਹਿਸੂਸ ਕੀਤਾ ਉਹ ਭੁੱਖੀ ਸੀ ਥੋੜਾ ਹਟਵੇਂ ਹੋਟਲ ਤੇ ਗਿਆ ਆਸ-ਪਾਸੇ ਗੱਡੀਆਂ ਹੀ ਗੱਡੀਆਂ ਡਰਾਈਵਰ ਕਲਿੰਡਰ ਸੁੱਤੇ ਹੋਏ ਵਿੱਚ ਵਿਚਾਲੇ ਹੋਟਲ ਤੇ ਮੱਠਾ ਜਿਹਾ ਸ਼ੋਰ ਹੁੰਦਾ ਟੀਨ ਤੇ ਪੈਂਦੀਆਂ ਕੜੀਆਂ ਦੀ ਪੱਟੀ ਜਿਹੀ ਆਵਾਜ਼ ਸੁਣਦੀ ਬਰਤਨ ਖੜਕਦੇ ਕਦੇ ਚੌਕੀਦਾਰ ਹੋਕਰੇ ਮਾਰਦਾ ਕਦੀ ਹੋਟਲ ਦੇ ਮੁੰਡੇ ਕੋਈ ਗੱਲ ਕਰਕੇ ਹੱਸਦੇ ਹਾਈਵੇ ਤੋਂ ਲੰਘਦੀਆਂ ਗੱਡੀਆਂ ਦੇ ਟਾਇਰਾਂ ਦੀ ਸ਼ੁਕਰ ਸੁਣਾਈ ਦੇਵੇ ਕਦੇ-ਕਦਾਂ ਹੀ ਬੱਦਲ ਗਰਜਣ بارش ਹੋਰ ਤੇਜ਼ ਹੋ ਜਾਏ ਮੈਂ ਚਾਹ ਦਾ ਗਲਾਸ ਤੇ ਬ੍ਰੈਡ ਲੈ ਆਇਆ ਉਹ ਖਾਣ ਲੱਗੀ ਵਿੱਚ ਵਾਰ ਵਿੱਚ ਵਾਰ ਮੇਰੇ ਵੱਲ ਝਾਕ ਲੈਂਦੀ ਖਾਲੀ ਤੇ ਸੁੰਨੀਆਂ ਨਜ਼ਰਾਂ ਨਾਲ ਰਾਤ ਦੇ 2 ਵਜੇ ਗਏ ਮੈਨੂੰ ਉਹਦੇ ਭਿੱਜੇ ਕੱਪੜਿਆਂ ਦਾ ਖਿਆਲ ਆਇਆ ਹੁਣ ਕੀ ਕਰਾਂ ਬਿੱਕਰ ਦੀ ਦੋ ਫੱਟੀ ਚਾਦਰ ਸਾਹਮਣੇ ਪਈ ਦਿਸੀ ਆਪ ਫੱਟੇ ਤੇ ਲੰਮਾ ਪੈ ਗਿਆ ਉਹਨੂੰ ਕੰਬਲ ਤੇ ਚਾਦਰ ਦੇ ਦਿੱਤੇ ਕਿ ਆ ਵੀ ਕੱਪੜੇ ਬਦਲ ਕੇ ਸੀਟ ਤੇ ਸੌਂ ਜਾਏ 4 ਵਜੇ ਉਠਾ ਦਾਂਗਾ ਚਲੀ ਜਾਈ ਇਸ ਸਮੇਂ ਬਾਰਿਸ਼ ਕਿੱਥੇ ਜਾਏਗੀ ਉਹਨੇ ਸਿਰ ਮਾਰ ਕੇ ਰਜਮੰਦੀ ਜ਼ਾਹਰ ਕੀਤੀ ਕਿਸੇ ਨੇ ਕਿਸੇ ਦੇ ਵੇਖ ਲੈਣ ਡਰੋਂ ਮੈਂ ਬੱਲਬ ਬੰਦ ਕਰਤਾ ਪਤਾ ਨਹੀਂ ਕੱਪੜੇ ਬਦਲੇ ਜਾਂ ਨਹੀਂ ਲੰਮੀ ਪਈ ਨੂੰ ਵੇਖਿਆ ਆਪਣੀਆਂ ਸੋਚਾਂ 'ਚ ਗਲਤਾਨ ਹੋ ਗਿਆ ਭਾਰਤ ਵਿੱਚ ਆਜ਼ਾਦੀ ਦੇ ਅਰਥਾਂ ਨੂੰ ਖੋਖਣ ਲੱਗਾ ਸਰੀਰ ਵੇਚ ਕੇ ਕਮਾਏ ਮਾਮੂਲੇ ਪੈਸੇ ਤੇ ਵੀ ਡਾਕਾ ਸੀਮਾ ਮੈਨੂੰ ਭੁੱਲਦੀ ਤਾਂ ਕਦੇ ਨਾ ਹਰ ਪਲ ਸਾਹਾਂ 'ਚ ਧੜਕਦੀ ਪਰ ਕਈ ਵਾਰ ਬੜੀ ਸ਼ਿੱਦਤ ਨਾਲ ਯਾਦ ਆਉਂਦੀ ਸੋਚਦਾ ਪਤਾ ਨਹੀਂ ਐਸ ਵੇਲੇ ਕਿੱਥੇ ਹੋਊ ਕੀ ਕਰਦੀ ਹੋਊ ਉਹਨੇ ਇੱਕ ਵਾਰ ਕਿਹਾ ਸੀ ਜਿਸ ਤਰ੍ਹਾਂ ਸਾਵਨ ਦਾ ਬੱਦਲ ਟੁੱਟ ਕੇ ਵਰਦਾ ਉਸੇ ਤਰ੍ਹਾਂ ਕਰਦੀ ਆ ਮੈਂ ਮੁਹੱਬਤ ਤੇਰੇ ਨਾਲ ਟੁੱਟ ਕੇ ਤੇ ਕਿਹੜਾ ਕਰਦਾ ਏ ਮੁਹੱਬਤ ਉਹਨੂੰ ਭੁੱਲਦਾ ਨਹੀਂ ਕਦੇ ਆਪਣਾ ਪਿਆਰਾ ਕਈ ਦੂਰੀਆਂ ਹੁੰਦੀਆਂ ਨੇ ਬੜੀਆਂ ਖਤਰਨਾਕ ਦੇਖਣੇ ਮੈਂ ਕਿਤੇ ਦੂਰ ਨਾ ਜਾਈ ਮੈਂ ਜਿਉਂਦੀ ਮਰ ਜਾਾਂਗੀ ਤੇ ਅੱਜ ਮੈਂ ਕਿੱਥੇ ਸੀਮਾ ਕਿੱਥੇ ਮੇਰੇ ਹੰਝੂ ਵਹਿ ਤੁਰੇ ਉਹ 4 ਵਜੇ ਤੋਂ ਪਹਿਲਾਂ ਹੀ ਜਾਗ ਪਈ ਹੌਲੀ ਜੀ ਮੈਨੂੰ ਹਲੂਣ ਕੇ ਜਗਾਇਆ ਮੈਂ ਬੱਲਬੌਨ ਕੀਤਾ ਉਹ ਥੋਡੀ ਹੀਟ ਸੱਜਾ ਹੱਥ ਰੱਖੀ ਬੜੀ ਉਦਾਸ ਬੈਠੀ ਹੋਈ ਮੈਨੂੰ ਆਪਣੀ ਮਾਂ ਵਰਗੀ ਲੱਗੀ ਗੰਭੀਰ ਚਿੰਤਤ ਤੇ ਗਮਗੀਨ ਸੋਚਾਂ ਦੇ ਸਮੁੰਦਰਾਂ ਚ ਡੁੱਬੀ ਮੁਰਝਾਇਆ ਚਿਹਰਾ ਬੱਗਾ ਪੀਲਾ ਤੇ ਜ਼ਰਦ ਰੰਗ ਮੈਂ ਗੁੱਸੇ ਨਾਲ ਅੱਖਾਂ ਮੀਟ ਲਈਆਂ ਅੰਦਰ ਰਜਦਾ ਲਾਵਾ ਠੰਡਾ ਕਰਨ ਲੱਗਾ ਦਿਲ ਕਰੇ ਉੱਚੀ ਉੱਚੀ ਰੋਮਾਂ ਪੁੱਬਾ ਮਾਰਾਂ ਪੰਜਾਬੀ ਹੁਣ ਵੇ ਸਵਾਮਾਂ ਦੀ ਕਮਾਈ ਖਾਣ ਲੱਗ ਪਈ ਕੀ ਛੜ ਸਤੀ ਆ ਗਈ ਇਹ ਕੁੜੀ ਕੀ ਸੋਚਦੀ ਹੋ ਕੁਝ ਸਮਝ ਨਾ ਆਵੇ ਕੀ ਕਰਾਂ ਗੱਡੀਆਂ ਵਾਲਿਆਂ ਨੂੰ ਚੌਕੀਦਾਰ ਜਗਾਉਣ ਲੱਗ ਪਏ ਮੈਂ ਚੁੱਕਣਾ ਹੋਇਆ ਖਿਆਲ ਰੱਖਿਆ ਕੋਈ ਡਰਾਈਵਰ ਵੇਖ ਨਾ ਲਏ ਉਹ ਤਾਂ ਇਹਨੂੰ ਕੱਚਾ ਖਾ ਜਾਣਗੇ ਮੈਂ ਵੀ ਕੁਝ ਨਹੀਂ ਕਰ ਸਕਣਾ ਉਹਨਾਂ ਦੇ ਜਾਗਣ ਤੋਂ ਪਹਿਲਾਂ ਮੈਂ ਭੇਜ ਦੇਣਾ ਜ਼ਰੂਰੀ ਸਮਝਿਆ ਇੱਕ ਵਾਰ ਜਾ ਕੇ ਅਸੇ ਪਾਸੇ ਵਿੜਕ ਲੈ ਆਇਆ ਨਿੱਕੀ ਨਿੱਕੀ ਕਣੀ ਪਈ ਜਾਵੇ ਜੇ ਕੋਈ ਵਿਰਲਾਟਾ ਆਮਲੀ ਡਰਾਈਵਰ ਹੀ ਉੱਠਿਆ ਮੈਂ ਹੌਲੀ ਜੀ ਸਮਝਾਇਆ ਵੀ ਮੈਂ ਖੁਦ ਨੌਕਰੀ ਕਰਦਾ ਕੋਈ ਵੱਡੀ ਰਕਮ ਨਹੀਂ ਦੇ ਸਕਦਾ ਜ਼ਿੰਦਗੀ 'ਚ ਪਹਿਲੀ ਵਾਰ ਬਿੱਕਰ ਦੀ ਪੌਕਟ 'ਚੋਂ 100 ਰੁਪਏ ਚੋਰੀ ਕੀਤੇ ਸੋਚਿਆ ਪਿੱਛੋਂ ਦੇ ਦੇ ਦਿਆਂ 100 ਕੋਲੋਂ ਪਾ ਕੇ 200 ਕਰਕੇ ਦਿੱਤਾ ਉਹ ਲਵੇ ਨਾ ਮੇਰੇ بار-ਬਾਰ ਇصرਾਰ ਕਰਨ ਤੇ ਲੈ ਲਿਆ ਕਿਰਾਏ ਪਾੜੇ ਲਈ 5-10 ਰੁਪਏ ਦਾ ਚਿੱਲਰ ਵੀ ਦਿੱਤਾ ਉਸ ਮੇਰੇ ਵੱਲ ਧੰਨਵਾਦੀ ਨਜ਼ਰਾਂ ਨਾਲ ਵੇਖਿਆ ਨਜ਼ਰ ਦੀ ਉਹ ਕੋਮਲਤਾ ਅਜ ਵੀ ਮੇਰੇ ਸੀਨੇ 'ਚ ਵੱਸਦੀ ਹੈ ਮੈਂ ਉਹਨੂੰ ਗੱਡੀ ਤੇ ਛੱਡਣ ਜਾਣਾ ਚਾਹੁੰਦਾ ਸੀ ਬਰਸਾਤ 'ਚ ਲੋੜ ਗੱਡੀ ਦੇ ਪਲਟ ਜਾਣ ਦੇ ਡਰੋਂ ਇਰਾਦਾ ਛੱਡ ਦਿੱਤਾ ਗੱਡੀ ਤੋਂ ਹੀਠਾਂ ਉਤਰੇ ਉਹਨੇ ਝੱਕਦਿਆਂ ਤੇ ਡਰਦਿਆਂ ਮੈਨੂੰ ਕੁੱਟ ਕੇ ਜੱਫੀ ਪਾ ਲਈ ਲੱਗਾ ਜਿਵੇਂ ਚਿਰਾਂ ਦੀ ਵਿਛੜੀ ਮੇਰੀ ਭੈਣ ਨੇ ਗਲ ਬੱਕੜੀ ਪਾਈ ਹੋਵੇ ਉਹ ਨਿੱਗਾਪਣ ਮੈਂ ਆਪਣੀਆਂ ਹੱਡਾਂ ਚ ਅੱਜ ਵੀ ਮਹਿਸੂਸ ਕਰਦਾ ਮੈਂ ਹਾਈਵੇ ਤੋਂ ਪਾਰ ਛੱਡ ਆਇਆ ਮੀਂਹ ਕਰਕੇ ਪੜਦਾ ਬਣਿਆ ਰਿਹਾ ਉਹ ਬਾਰ-ਬਾਰ ਪਿੱਛੇ ਵੇਖਦੀ ਤੁਰੀ ਗਈ ਨਜ਼ਰਾਂ ਤੋਲੇ ਹੋ ਜਾਣ ਤੱਕ ਮੈਂ ਬੁੱਤ ਬਣਿਆ ਸੜਕ ਦੇ ਕਿਨਾਰੇ ਖੜਾ ਵੇਖਦਾ ਰਿਹਾ ਉਹਨੂੰ ਸੁਰਖਰੀ ਸੁਰਖਰੂ ਜਈ ਜਾਂਦੀ ਵੇਖ ਕੇ ਮੇਰੀ ਰੂ ਨੂੰ ਮਿਲੀ ਕੁਝ ਤਸੱਲੀ ਤੇ ਦਿਲ ਨੂੰ ਚੈਨ ਸਵੇਰੇ ਤੁਰਨ ਲੱਗਿਆ ਬਿੱਕਰ ਨੂੰ ਦੱਸਿਆ ਉਹ ਲਾਪਰਵਾਹੀ ਨਾਲ ਬੋਲਿਆ ਤੂੰ ਯਾਰ ਦੱਸਿਆ ਕਾ ਤੂੰ ਨਹੀਂ ਇੱਕ ਵਾਰ ਹੋਰ ਵਰਤੀ ਲੈਂਦੇ ਸਾਲੀ ਨੂੰ ਸੁਣ ਕੇ ਮੈਂ ਗੁੰਮ ਹੋ ਗਿਆ ਬੋਲਿਆ ਨਾ ਗਿਆ ਦੱਸ ਕੇ ਪਛਤਾਇਆ ਇਸ ਘਟਨਾ ਨੂੰ 30 35 ਬਰੇ ਬੀਤ ਗਏ ਨੇ ਬੜਾ ਸੋਚਿਆ ਵਿਚਾਰਿਆ ਗੌਰ ਕੀਤਾ ਦਿਮਾਗ ਤੇ ਭਾਰ ਪਾਇਆ ਉਸ ਗੁੰਗੀ ਤੇ ਹੁਸੈਨ ਕੁੜੀ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ ਅਜੇ ਵੀ ਮੇਰੇ ਚੇਤਿਆਂ ਦੀ ਯਾਦਾਂ ਚ ਸਾਹ ਲੈਂਦੀ ਹੈ ਇੱਕ ਵਾਰੀ ਕਈ ਰੂਪ ਬਦਲਦੇ ਜਦੋਂ ਮੈਂ ਟਾਰਚ ਦੀ ਲੋਚ ਭੀਜੀ ਨੂੰ ਏਕਿਆ ਇੱਕਦਮ ਮੇਰੇ ਅੰਦਰ ਲੈ ਗਈ ਪ੍ਰੇਮਿਕਾ ਵਾਂਗ ਉਦਾਸ ਬੈਠੀ ਆਪਣੀ ਮਾਂ ਦੇ ਸੀ ਪੈਸੇ ਦੇਣ ਲੱਗਿਆ ਭੈਣ ਲੱਗੇ ਮੈਂ ਡਰਾਈਵਰਾਂ ਦੀ ਅਤ ਕਠੋਰ ਖਤਰਨਾਕ ਤੇ ਸੰਘਰਸ਼ਮਈ ਜ਼ਿੰਦਗੀ ਨੂੰ ਨੇੜੇ ਤੋਂ ਬਚਿਆ ਵੇਸਵਾਵਾਂ ਕਾਲਗਰਲਾਂ ਲੌਂਡਿਆਂ ਤੇ ਮਸੀਆਂ ਦੇ ਹਕੀਕੀ ਜੀਵਨ ਨੂੰ ਖੋਖਿਆ ਪੜਤਾਲਿਆ ਕਈ ਤਰ੍ਹਾਂ ਦੇ ਕਾਲੇ ਧੰਦੇ ਤੇ 2 ਨੰਬਰ ਦੇ ਕੰਮ ਕਰਨ ਵਾਲਿਆਂ ਦੇ ਮੁਖੀਆਂ ਦਾਦਿਆਂ ਬੌਸਾਂ ਆਦ ਨੂੰ ਮਿਲਣ ਦਾ ਮੌਕਾ ਮਿਲਿਆ ਅੱਖਾਂ ਅੱਗੇ ਇੱਕ ਪਰਦਾ हट ਗਿਆ ਅਸਲੀਅਤ ਇੱਕ ਤਾਣਕੇ ਸਾਹਮਣੇ ਆਖ ਲੋਤੀ ਮੈਂ ਮੂੰਹ ਕਿਵੇਂ ਫੇਰਦਾ ਜ਼ਿੰਦਗੀ ਚ ਅਵੈੜੇ ਤੇ ਅਵੱਲੇ ਕਾਰਜ ਕਰਦੇ ਆਨੇਕਾਂ ਕੌੜੀਆਂ ਫਿੱਕੀਆਂ ਮਿੱਠੀਆਂ ਤੇ ਯਾਦਗਾਰੀ ਘਟਨਾਵਾਂ ਵਾਪਰੀਆਂ ਉਹ ਲੋਕ ਜਿਨ੍ਹਾਂ ਦੀ ਸ਼ਕਲ ਵੇਖਿਆ ਆਮ ਆਦਮੀ ਡਰ ਜਾਂਦਾ ਹੈ ਮੁਰਸ਼ਿਤ ਹੋ ਜਾਂਦਾ ਹੈ ਲਗਭਗ ਦਹਾਕੇ ਤੋਂ ਵੱਧ ਸਮਾਂ ਮੈਂ ਅਜਿਹੇ ਲੋਕਾਂ ਚ ਰਿਹਾ ਇਹਨਾਂ ਬਾਰੇ ਮੈਂ ਕਦੇ ਫੇਰ ਲਿਖਾਂਗਾ ਜ਼ਿੰਦਗੀ ਦਾ ਬੜਾ ਕੀਮਤੀ ਵਕਤ ਬਰਬਾਦ ਹੋ ਗਿਆ ਮੇਰੀ ਸਿਹਤ ਤੇ ਭਵਿੱਖ ਤੇ ਮਾਰੂ ਅਸਰ ਪਿਆ ਆਪਣੇ ਉਸਤਾਦਾਂ ਦੀ ਮਨਪਸੰਦ ਦੇ ਸਿੱਟੇ ਨਾ ਦੇ ਸਕਿਆ ਹੁਣ ਤਜਰਬੇ ਦੇ ਅਨੁਭਵ ਨਾਲ ਹੋ ਗਿਆ ਮਾਲੂਮ ਆਲ ਪਰ ਇਹ ਬਲੈਕ ਕਰ ਵੈਲੀ ਚੋਰ ਡਾਕੂ ਬੇਸਵਾਵਾਂ ਜੇਬ ਕਤਰੀ ਅੰਮਲੀ ਪੋਸਤੇ ਸ਼ਰਾਬੀ ਕਬਾਬੀ ਤੇ ਪਤਾ ਨਹੀਂ ਕੀ ਕੀ ਹੋਰ ਸਭ ਸਾਡੇ ਸਮਾਜ ਦਾ ਹੀ ਅੰਗ ਨੇ ਬਾਰੋਂ ਨਹੀਂ ਆਏ ਉਹਨਾਂ ਵਿੱਚ ਵੀ ਕਈ ਦਿਲ ਗੁਰਦੇ ਵਾਲੇ ਹੁੰਦੇ ਨੇ ਦਿਲ ਨਾਂ ਦੀ ਚੀਜ਼ ਦੀ ਸਮਝ ਹੁੰਦੀ ਆ ਉਹਨਾਂ ਮੇਰੇ ਦਿਲ ਨੂੰ ਟੁੰਬਿਆ ਵੰਗਾਰਿਆ ਸੋਚਣ ਦੇ ਮਜਬੂਰ ਕੀਤਾ ਪਾਣੀ ਦੇ ਬੁਲਬਲੇ ਆ ਕੀ ਬੁਨਿਆਦਾਂ ਤੇਰੀਆਂ ਅਮਰ ਸਿੰਘ ਚਮਕੀਲਾ ਧੰਨਵਾਦ